ਗੁਨਾਹੀ ਭਰਿਆ ਮੈਂ ਫਿਰ ਲੋਕ ਕਹਿ ਦੁਰਵੇ। ਨਾਮ ਜਪ ਲੈ ਨਾ ਮਾਣੀਏ ਨੀ ਜਿੰਦੇ ਔਖੇ ਵੇਲੇ ਕੰਮ ਆਊਗਾ। ਜੇ ਤੂੰ ਅਕਲ ਲਤੀਫ ਹੈ ਤੇ ਕਾਲੇ ਲਿਖ ਨਾ ਲੇ ਆਪ ਹਾਂ। ਮਨਵੀਰ ਸੱਭਰਵਾਲ ਜਲੰਧਰ ਦੇ ਵਿੱਚ ਮੌਜੂਦ ਹਾਂ, ਫਰੀਦਕੋਟ ਦੇ ਵਿੱਚ BJP ਵੱਲੋਂ ਫਰੀਦਕੋਟ ਦੇ ਵਿੱਚ ਜਿਹੜੇ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਗਿਆ, ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉੱਥੇ ਦੇ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਉਹ ਉੱਥੇ ਗਏ ਵੀ ਸਨ ਅਤੇ ਕੁਝ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ, ਇਸ ਬਾਰੇ ਵੀ ਚਰਚਾ ਕਰਾਂਗੇ ਜੀ। ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਸਰ, ਗੱਲ ਕਰੀਏ ਪਹਿਲਾਂ ਦਿੱਲੀ ਤੋਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਇੱਕਦਮ ਉੱਥੇ ਜਦੋਂ ਟਿਕਟ ਮਿਲੀ ਜਿੱਤੇ ਵੀ ਤੁਸੀਂ ਰਿਕਾਰਡ ਵੀ ਬਣਾਇਆ, 5 ਸਾਲ ਸੇਵਾ ਵੀ ਕੀਤੀ, ਕਿਸ ਤਰ੍ਹਾਂ ਦਾ ਸਫ਼ਰ ਰਿਹਾ? ਬਹੁਤ ਅੱਛਾ ਸਫ਼ਰ ਰਿਹਾ, ਬੜੇ ਪਿਆਰੇ ਲੋਕ ਮਿਲੇ ਥੇ ਮੁਝੇ ਦਿੱਲੀ ਮੈਂ, ਅਬ ਤੱਕ ਮੇਰੇ ਸਾਥ ਇਨ ਟੱਚ ਹੈ, ਜੋ ਨਏ ਪ੍ਰਤਿਆਸ਼ੀ ਹੈ ਉਹ ਵੀ ਅਕਸਰ ਮੇਰਾ ਜ਼ਿਕਰ ਕਰਦੇ ਹੈ, ਆਪਣੇ ਮਿੱਤਰ ਹੀ ਹੈ। ਬਾਕੀ ਪਾਰਟੀ ਕਾ ਹੁਕਮ ਥਾ ਸੋ ਮੈਂ ਫਰੀਦਕੋਟ ਮੈਂ ਆ ਗਿਆ। ਫਰੀਦਕੋਟ ਮੈਂ ਆਉਣਾ ਇਸ ਲਈ ਅੱਛਾ ਲਗਾ ਕਿ ਜੀ ਪੋਲਿਸੀ ਅਧੀਨ ਹੀ ਸਭ ਕੁਝ ਸ਼ਿਫਟ ਕੀਤਾ ਗਿਆ, ਟਿਕਟ ਕੱਟੀ ਨਹੀਂ ਗਈ, ਸ਼ਿਫਟ ਕੀਤਾ ਗਿਆ ਪੋਲਿਸੀ, ਵਹਾਂ ਸਾਰੇ ਚੇਂਜ ਹੋਏ ਹੈ, ਮੈਂ ਅਕੇਲਾ ਨਹੀਂ ਹੋਇਆ। ਤੋ ਫਰੀਦਕੋਟ ਕਿਉਂਕਿ ਸੂਫੀਓ ਕਾ ਸ਼ਹਿਰ ਹੈ ਇਸ ਲਈ ਮੈਂ ਯਹਾਂ ਆ ਗਿਆ। ਸ਼ਿਫਟ ਦੀ ਤੁਸੀਂ ਗੱਲ ਕਰ ਰਹੇ ਹੋ, ਬੜਾ ਤੁਹਾਡਾ ਪਿਆਰ ਸੀ ਮੋਦੀ ਨਾਲ, ਗੱਲ ਕਰੀਏ ਅਮਿਤ ਸ਼ਾਹ ਦੇ ਨਾਲ, ਤੁਸੀਂ ਕਿਹਾ ਨਹੀਂ ਵੀ ਮੇਰਾ ਇੱਥੇ ਹੁਣ 5 ਸਾਲ ਮੈਂ ਸੇਵਾ ਵੀ ਕੀਤੀ ਹੈ ਵੀ ਦਿੱਲੀ ਰਹਿਣ ਦਿੱਤਾ ਚਾਹੀਦਾ? ਤੁਸੀਂ ਹੁਣੇ ਕਿਹਾ ਪਿਆਰ ਬਹੁਤ ਸੀ, ਅਤੇ ਜਿਹੜਾ ਮਹਿਬੂਬ ਹੁਕਮ ਦੇਵੇ ਮੰਨੀ ਦਾ, ਮਹਿਬੂਬ ਤਾਂ ਸੋਲੀ 'ਤੇ ਕਵੇ ਚੜ ਜਾਈਦਾ ਹੱਸ ਕੇ, ਇਹ ਤਾਂ ਮੇਰੇ ਘਰ ਉਹਨਾਂ ਨੇ ਭੇਜਿਆ, ਮੈਨੂੰ ਕਿਹੜਾ ਕੋਈ ਉੱਤਰ ਪ੍ਰਦੇਸ਼ ਜਾਂ ਦੂਸਰੀ ਤੀਸਰੀ ਜਗ੍ਹਾ ਪਾਕਿਸਤਾਨ ਭੇਜ ਦਿੱਤਾ। ਉੱਤਰ ਪ੍ਰਦੇਸ਼ ਵੀ ਮੈਂ ਵੈਸੇ ਵਿੱਚ ਪੀਲੀਭੀਤ ਤੋਂ ਵੀ ਮੇਰਾ ਨਾਂ ਚੱਲਦਾ ਸੀ, ਉੱਥੋਂ ਵੀ ਚੱਲਦਾ ਸੀ, ਰਾਜਸਥਾਨ ਤੋਂ ਵੀ, ਜਲੰਧਰ ਤੋਂ ਵੀ, ਹੁਸ਼ਿਆਰਪੁਰੋਂ ਵੀ, ਲੇਕਿਨ ਪਾਰਟੀ ਦਾ ਹੁਕਮ ਸੀਗਾ ਇਸ ਲਈ ਮੈਂ ਉਸ ਜਗ੍ਹਾ ਮੇਰਾ ਗੁਣਾ ਨਿਕਲਿਆ ਜਿਹੜਾ ਮੇਰੀ ਪਸੰਦੀਦਾ ਸ਼ਹਿਰ ਹੈ ਫਰੀਦਕੋਟ। ਇੱਕ ਤਾਂ ਮੈਂ ਪੰਜਾਬ 'ਚ ਆ ਗਿਆ ਜੀ, ਆ ਹੁਣ ਹਿੰਦੀ 'ਚ ਦਿੱਤਾ ਇੰਟਰਵਿਊ ਵਿੱਚ ਥੋੜ੍ਹੀ ਜਿਹੀ ਹਿੰਦੀ ਬੋਲ ਗਿਆ ਮੈਂ ਕਿਉਂਕਿ 5-7 ਸਾਲ ਬੋਲਦੇ ਰਹੇ, ਹਿੰਦੀ ਵੀ ਚੰਗੀ ਜ਼ੁਬਾਨ ਹੈ ਐਸੀ ਕੋਈ ਗੱਲ ਨਹੀਂ, ਪਰ ਮੈਂ ਹੁਣ ਆਪਣੀ ਜ਼ੁਬਾਨ, ਆਪਣਾ ਖਾਣਾ, ਆਪਣਾ ਪਹਿਰਾਵਾ ਪਾ ਸਕੂੰਗਾ। ਉੱਥੇ ਵੀ ਕੋਈ ਮੈਨੂੰ ਬੰਦਿਸ਼ ਨਹੀਂ ਸੀ, ਲੇਕਿਨ ਮਜ਼ਾ ਘਰ 'ਚ ਜ਼ਰਾ ਥੋੜ੍ਹਾ ਜ਼ਿਆਦਾ ਆਉਂਦਾ, ਆਪਣੇ ਮੰਜੇ 'ਤੇ ਜ਼ਰਾ ਵਧੀਆ ਨੀਂਦ ਆਉਂਦੀ। ਪਹਿਲੇ ਦਿਨ ਜਦੋਂ ਫਰੀਦਕੋਟ ਗਏ ਕਿਸ ਤਰ੍ਹਾਂ ਦਾ ਰਿਹਾ, ਕਿਸ ਤਰ੍ਹਾਂ ਦਾ? ਬਹੁਤ ਅੱਛਾ ਰਿਹਾ, ਪਹਿਲੇ ਦਿਨ ਤਾਂ ਮੈਨੂੰ ਹੋਸ਼ ਨਹੀਂ ਸੀ, ਇੰਟਲੈਕਟ ਸੋ ਗਿਆ ਸੀ, ਦਿਲ ਜਾਗ ਰਿਹਾ ਸੀ, ਰੂਹ ਜਾਗ ਰਹੀ ਸੀ, ਅਤੇ ਮੈਂ ਬਾਬਾ ਫਰੀਦ, ਗੁਰੂ ਨਾਨਕ ਸਾਹਿਬ ਔਰ ਬਾਬਾ ਫਰੀਦ ਦੇ ਅੱਗੇ ਜਾ ਕੇ ਸਰੈਂਡਰ ਕਰ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਹੀ ਪਛਾਣ ਸੀ ਕਿ ਬਾਬਾ ਫਰੀਦ ਕਿੱਡੀ ਵੱਡੀ ਹਸਤੀ ਹੈ। ਉਹ ਉੱਥੇ ਗਏ, ਬਾਣੀ ਲੈ ਕੇ ਆਏ, ਕਲਾਮ ਉਦੋਂ ਕਹਿੰਦੇ ਸੀ, ਅਤੇ ਸ਼ਲੋਕ ਜਿਹੜੇ ਆ ਆਪਣਾ ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਫੂਜ਼ ਹੈ, ਬੜਾ ਵੱਡਾ ਇਹ ਬਹੁਤ ਵੱਡਾ ਖਜ਼ਾਨਾ ਗੁਰੂ ਸਾਹਿਬ ਨੇ ਸਾਂਭਿਆ, ਅਤੇ ਮੈਂ ਸਰੈਂਡਰ ਕਰ ਦਿੱਤਾ ਸੀ ਜਾ ਕੇ। ਮੈਂ ਕਿਹਾ ਮੇਰੇ ਮਾਲਕਾ, ਉੱਥੇ ਲੈ ਆਇਆ ਜਿੱਥੇ ਦਾ ਮੈਂ ਰਾਹਗੀਰ ਹਾਂ, ਜਿੱਥੇ ਦਾ ਮੈਂ ਜਗਿਆਸੂ ਹਾਂ, ਹੁਣ ਜਿੱਤਾਂ ਹਾਰਾਂ ਮੱਤ ਪੱਤ ਦਾ ਤੂੰ ਹੀ ਰੱਖ। ਮਨ 'ਚ ਜੋ ਗੱਲ ਸੀ ਉਹ ਪੂਰੀ ਹੋ ਗਈ, ਫਰੀਦ ਦੀ ਧਰਤੀ 'ਤੇ ਜਾਣਾ ਚਾਹੁੰਦਾ ਸੀ, ਉੱਥੇ ਪਹੁੰਚ ਗਏ। ਬਹੁਤ ਵੱਡੀ ਗੱਲ ਹੈ ਜੀ, ਜਿਹਦਾ ਨਾਂ ਹੀ ਫਰੀਦਕੋਟ, ਬੜੀ ਵੱਡੀ ਗੱਲ, ਬਹੁਤ ਵੱਡੀ ਗੱਲ।
ਕੀ ਤੁਸੀਂ ਉੱਥੇ ਗਏ, ਤੁਸੀਂ ਦੇਖਿਆ ਹੋਣਾ ਕੀ ਕੰਮ ਹੋਣ ਵਾਲੇ ਆ ਉੱਥੇ, ਕੀ ਲੋਕਾਂ ਨਾਲ ਵੀ ਗੱਲਬਾਤ ਵਿਚਰੇ ਹੋਣੇ ਆ, ਕੀ ਲੋਕਾਂ ਨੇ ਆਪਣੇ ਮੁੱਦੇ ਤੁਹਾਨੂੰ ਦੱਸੇ ਵੀ ਹੋਣ? ਐਡਾ ਮੁਕੱਦਸ ਸ਼ਹਿਰ ਆ, ਦੇਖੋ ਗਿਆਨੀ ਜੀ ਵੀ ਉੱਥੇ ਦੇ ਰਹੇ ਆ, ਰਾਸ਼ਟਰਪਤੀ ਸਾਹਿਬ ਗਿਆਨੀ ਜ਼ੈਲ ਸਿੰਘ ਜੀ, ਲੇਕਿਨ ਕੰਮ ਬਹੁਤ ਹੋਣ ਵਾਲਾ, ਬਹੁਤ ਜ਼ਿਆਦਾ। ਮੈਂ ਇੱਕ ਤਾਂ ਸੋਚਦਾ ਕਿ ਉੱਥੇ ਇੰਸਟੀਚਿਊਟ ਬਣੇ, ਜਿਹੜੇ ਗਰੀਬ ਬੱਚੇ ਆ ਉਹ ਜਦੋਂ ਅਫੋਰਡ ਨਹੀਂ ਕਰਦੇ ਵੱਡੀਆਂ ਫੀਸਾਂ, ਨਾ ਉੱਥੇ ਕੋਈ ਚੱਜ ਦਾ ਉਹ ਇੰਸਟੀਚਿਊਟ ਖੁੱਲਿਆ ਜਿਹਦੇ ਡਾਕਟਰ ਬਣਨ, ਵਕੀਲ ਬਣਨ, IAS ਬਣਨ, IPS ਬਣਨ, IT ਵੱਲ ਜਾਣ, ਉਹਨਾਂ ਨੂੰ ਬਾਹਰ ਦਾਖਲੇ ਲੈਣੇ ਪੈਂਦੇ ਜਿਹੜੇ ਅਫੋਰਡ ਨਹੀਂ ਕਰਦੇ। ਗਰੀਬ ਬੱਚਾ ਹੋਵੇ, ਉਹ ਕਿਸੇ ਵੀ ਕਾਸਟ ਦਾ ਹੋਵੇ, ਉਹਨੂੰ ਬਕਾਇਦਾ ਜਿਹੜਾ ਅਮੀਰ ਜਾਂ ਧਨਾੜ ਬੱਚੇ ਪੜ੍ਹਦੇ ਨੇ ਉਸੇ ਲੈਵਲ ਦੀ ਪੜ੍ਹਾਈ ਹੋਵੇ। ਮੈਂ ਤਾਂ ਰਾਸ਼ਟਰਪਤੀ ਸਾਹਿਬ ਦੀ ਹਾਜ਼ਰੀ 'ਚ ਦਿੱਲੀ ਵੀ ਬੋਲਿਆ ਸੀ ਕਿ ਵਨ ਨੇਸ਼ਨ ਵਨ ਐਜੂਕੇਸ਼ਨ ਹੋ ਜਾਏ, ਇਹ ਕੰਮ ਕਰਾਂਗਾ। ਸ਼ਹਿਰ ਦੇ ਵਿੱਚ ਇਨਫਰਾਸਟ੍ਰਕਚਰ ਬਹੁਤ ਸਾਰਾ ਹੋਣ ਵਾਲਾ ਆ। ਮੋਦੀ ਸਾਹਿਬ ਨੇ ਮੋਗੇ ਦਾ ਰੇਲਵੇ ਸਟੇਸ਼ਨ ਬਣਾਉਣ ਲਈ ਮੇਰਾ ਖਿਆਲ 20 ਕਰੋੜ 22 ਕਰੋੜ ਦੇ ਦਿੱਤਾ, ਉਹ ਬਣ ਜਾਏਗਾ। ਸਾਈ ਪਹਿਲਾਂ ਹੀ ਦੇ ਦਿੱਤੀ ਹੈ, ਕੰਮ ਪਹਿਲਾਂ ਹੀ ਸਟਾਰਟ ਕਰਤਾ ਮੈਨੂੰ ਭੇਜਣ ਤੋਂ, ਆਲਮੋਸਟ ਜਲਦੀ ਫਿਨਿਸ਼ ਹੋਣ ਵਾਲਾ ਹੀ ਹੈ ਲੋਕਾਂ ਦੇ ਨਾਲ ਮਿਲੇ। ਬਾਅਦ ਗਿੱਦੜਵਾਏ ਦਾ ਕੰਮ ਬੜਾ ਹੋਣ ਵਾਲਾ ਆ, ਨਿਹਾਲ ਸਿੰਘ ਵਾਲਾ ਮੈਂ ਗਿਆ, ਰਾਮਪੁਰਾ ਫੂਲ ਜਿੱਥੋਂ ਪਟਿਆਲੇ ਵਾਲੀ ਰਿਆਸਤ ਵੀ ਨਿਕਲੀ ਹੈ। ਅਤੇ ਦੁਨੀਆ ਦੀ ਸਭ ਤੋਂ ਜ਼ਰਖੇਜ਼, ਜਿੱਥੇ ਸਭ ਤੋਂ ਵੱਡੀਆਂ ਮੰਡੀਆਂ ਸੀ, ਲੋਕ ਉੱਥੇ ਵੱਡੇ ਵੱਡੇ ਪ੍ਰੋਜੈਕਟ ਲੱਗਣੇ ਚਾਹੀਦੇ। ਸੋ ਇੰਡਸਟਰੀ ਦਾ ਕੰਮ ਕਰਾਂਗਾ, ਐਜੂਕੇਸ਼ਨ ਦਾ ਕੰਮ ਕਰਾਂਗਾ। ਜਦੋਂ ਬੱਚੇ ਬਿਜ਼ੀ ਹੋ ਜਾਣਗੇ, ਇੱਥੇ ਰੁਜ਼ਗਾਰ ਮਿਲੇਗਾ, ਉਹ ਨਸ਼ੇ ਵੀ ਛੱਡਣਗੇ ਅਤੇ ਬਾਹਰ ਜਾਣਾ ਵੀ ਛੱਡਣਗੇ। ਬਾਹਰ ਕਿਉਂ ਜਾਂਦਾ ਬੰਦਾ? ਕਹਿੰਦਾ ਰਿਜ਼ਕ ਵੀ ਹੋਣੇ ਆਦਮੀ ਗਹਿ ਮੁਹੱਬਤਾਂ ਤੋੜ, ਸਾਡਾ ਆਰਥਿਕ ਸਮੱਸਿਆ ਇਸੇ ਕਰਕੇ ਬਾਹਰ ਧੱਕੇ ਖਾਂਦੇ ਹਾਂ। ਇਸ ਕਰਕੇ ਉਹ ਖੇਤਾਂ ਦੇ ਰਾਜੇ ਜਾਂ ਖੇਤ ਮਜ਼ਦੂਰ ਦੇ ਬੱਚੇ ਜਾਂ ਇੰਡਸਟਰੀਲਿਸਟਾਂ ਦੇ ਬੱਚੇ ਬਾਹਰ ਇੰਡਸਟਰੀਆਂ ਨਾ ਲਾਉਣ, ਉਹ ਬਾਹਰ ਜਾਣ ਨਾ, ਉਹਨਾਂ ਨੂੰ ਐਜੂਕੇਸ਼ਨ ਮਿਲੇ, ਸਾਰਾ ਪੰਜਾਬ ਫਿਰ ਘੁੱਗ ਵਸੇਗਾ। ਇਹ ਤਾਂ ਹੀ ਹੋ ਸਕਦਾ ਜੇ BJP ਦਾ ਇੱਥੇ ਰਾਜ ਭਾਗ ਆਵੇ, ਬਾਕੀ ਸਾਰਿਆਂ ਨੂੰ ਦੇਖ ਲਿਆ। ਜੇ ਨਾ ਦੇਖਦੇ ਫਿਰ ਇਹ ਗੱਲ ਫੱਬਦੀ ਨਹੀਂ ਸੀ, ਹੁਣ ਸਭ ਨੂੰ ਦੇਖ ਲਿਆ, ਪਰਖ ਲਿਆ, ਹਰ ਐਂਗਲ ਤੋਂ ਦੇਖ ਲਿਆ, ਹੁਣ BJP ਨੂੰ ਇੱਕ ਚਾਂਸ ਦਿਓ। ਲੋਕਾਂ ਦੇ ਨਾਲ ਮਿਲੇ ਹੋਣੇ, ਕੀ ਗੱਲਬਾਤ ਹੋਈ? ਲੋਕ ਬੜੇ ਖੁਸ਼ ਹੈ ਮੇਰੇ ਆਉਣ ਨਾਲ, ਬੜੇ ਖੁਸ਼ ਹੈ। ਉਹ ਉਹਨਾਂ ਨੂੰ ਇਹ ਵੀ ਪਤਾ ਕਿ ਇਹਦਾ ਲੀਡਰ ਜਿਹੜਾ ਵਾਅਦਾ ਕਰਦਾ ਪੂਰਾ ਹੀ ਕਰਦਾ, ਅਤੇ ਇਸ ਕਰਕੇ ਉਹ ਖੁਸ਼ ਹੈ, ਬੜੇ ਪਿਆਰ ਨਾਲ ਮਿਲਦੇ ਆ। ਕਿਉਂਕਿ ਮੈਂ ਸਿੰਗਿੰਗ ਸਾਰੀ ਉੱਥੇ ਕੀਤੀ ਹੈ, ਕੁਛ ਹੋਰ ਪਾਰਟੀਆਂ ਦਾ ਕੈਂਪੇਨਿੰਗ ਵੀ ਬੜੀ ਉੱਥੇ, ਪ੍ਰਚਾਰ ਵੀ ਬਹੁਤ ਕਰਦਾ ਰਿਹਾ ਮੈਂ। ਮਾਲਵੇ ਦੀ ਧਰਤੀ ਦੇ ਲੋਕ ਅੰਦਰੋਂ ਬਾਹਰੋਂ ਬੜੇ ਸਾਫ਼ ਹੈ, ਖਾਣਾ ਪੀਣਾ ਪਹਿਰਾਵਾ ਬੜਾ ਵਧੀਆ ਪੰਜਾਬੀਆਂ ਵਾਲਾ, ਮੇਰਾ ਦਿਲ ਲੱਗ ਜਾਂਦਾ ਬਹੁਤ ਵਧੀਆ। ਪਰ ਕਿਸਾਨ ਤੁਹਾਡੀ ਪਾਰਟੀ ਦੇ ਵਿਰੁੱਧ ਨੇ, ਵਿਰੋਧ ਕਰ ਰਹੇ ਨੇ, ਚਾਹੇ ਪਟਿਆਲੇ ਦੀ ਗੱਲ ਕਰ ਲਈਏ, ਤੁਸੀਂ ਵੀ ਜਿਸ ਦਿਨ ਗਏ ਉਸ ਦਿਨ ਵੀ ਕਾਫੀ ਵਿਰੋਧ ਹੋਇਆ, ਜਲੰਧਰ ਦੇਹਾਤ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਉਹ ਕਿਸੇ ਪਰਟੀਕੁਲਰ ਪਾਰਟੀ ਜਾਂ ਵਿਅਕਤੀ ਦੇ ਵਿਰੁੱਧ ਨਹੀਂ, ਪੋਲਿਸੀਜ਼ ਦੇ ਵਿਰੁੱਧ ਹੈ, ਜਿਹੜੀ ਕਿਸਾਨਾਂ ਨਹੀਂ ਪਾਰਟੀ ਦੇ ਨਹੀਂ ਵਿਰੁੱਧ, ਉਹ ਕਹਿੰਦੇ ਪੋਲਿਸੀਜ਼, ਪਾਰਟੀ ਜਦੋਂ ਪੋਲਿਸੀਜ਼ ਉਹ ਬਣਾ ਲੈਣਗੇ ਉਹਨਾਂ ਦੇ ਹੱਕ 'ਚ, ਉਹਨਾਂ ਨੇ ਤੁਹਾਨੂੰ ਪਤਾ ਪੰਜਾਬੀਆਂ ਨੂੰ ਜਦੋਂ ਲੱਗੇ ਕਿ ਇਹ ਸਾਡਾ ਬੰਦਾ, ਪਿਆਰ ਵੀ ਜਾਨ ਤੱਕ ਦੇ ਦਿੰਦੇ। ਇਸ ਕਰਕੇ ਜਿੱਦਾਂ 3 ਕਾਨੂੰਨ ਵਾਪਸ ਹੋ ਗਏ ਸੀ, MSP ਦਾ ਮਸਲਾ ਵੀ ਹੱਲ ਹੋ ਗਿਆ, ਉਹਨੇ ਬੰਦਿਆਂ ਨੇ ਭੰਗੜੇ ਪਾਉਣੇ ਆ, ਜੱਫੀਆਂ ਪਾਉਣੀਆਂ, ਗਲਤ ਮਸਲੇ ਰਹੇ ਤੁਸੀਂ ਫੁੱਲ ਵਰਸਾਉਂਦੇ ਰਹੇ। ਹਾਂ, ਮੇਰਾ ਤਾਂ ਕੰਮ ਮੁਹੱਬਤ ਕਰਨਾ ਹੀ ਹੈ ਨਾ, ਮੇਰਾ ਕੰਮ, ਮੇਰਾ ਜਨਮ ਹੀ ਮੁਹੱਬਤ ਲਈ, ਇਸ ਲਈ ਮੈਂ ਉਹ ਨਾਅਰੇ ਲਾਉਂਦੇ ਰਿਹਾ, ਮੈਂ ਫੁੱਲ ਵਰਸਾਉਂਦਾ ਰਿਹਾ, ਕਿਉਂਕਿ ਮੈਨੂੰ ਪਤਾ ਮੇਰਾ ਆਪਣਾ, ਮੇਰਾ
ਮੇਰੇ ਫਾਦਰ ਸਾਹਿਬ, ਮੇਰੇ ਪਿਤਾ ਜੀ ਸਰਦਾਰ ਅਰਜਨ ਸਿੰਘ, ਉਹ ਵੀ ਤਾਂ ਖੇਤੀਬਾੜੀ ਕਰਦੇ ਸੀ। ਪਹਿਲਾਂ ਖੇਤ ਮਜ਼ਦੂਰ ਸੀ, ਫਿਰ ਭੌਲੀ 'ਤੇ ਲਾ ਕੇ ਵਾਹੀ, ਫਿਰ ਮੇਰੀ ਵੀ ਜ਼ਮੀਨ ਹੈਗੀ ਹੈ। ਉਸ ਲਿਹਾਜ਼ ਨਾਲ ਕੋਈ ਕਿਸਾਨੀ ਦਾ ਕੋਈ ਜਾਤ ਪਾਤ ਨਾਲ ਥੋੜ੍ਹੀ ਸੰਬੰਧ ਹੈ। ਅਤੇ ਕਿਸਾਨਾਂ ਦੀ ਗੱਲ ਜੇ ਮੈਂ ਨਹੀਂ ਕਰਾਂਗਾ ਤਾਂ ਹੋਰ ਕਿਹਦੀ ਗੱਲ ਕਰਾਂਗਾ। ਹਾਂ, ਪਹਿਲਾਂ ਮੇਰੀ ਹੈਸੀਅਤ ਨਹੀਂ ਸੀ, ਫਿਰ ਵੀ ਮੈਂ ਬੋਲਦਾ ਰਿਹਾ ਪਾਰਲੀਮੈਂਟ 'ਚ ਪੰਜਾਬੀਆਂ ਦੇ ਹੱਕ 'ਚ। ਹੁਣ ਮੈਨੂੰ ਜਦੋਂ ਇੱਥੋਂ ਚੁਣਨਗੇ, ਫਿਰ ਮੈਂ ਜ਼ਰਾ ਹਮੇ ਦਾਵੇ ਨਾਲ, ਕੌਨਫੀਡੈਂਸ ਨਾਲ ਔਰ ਜ਼ੁਰਤ ਨਾਲ ਬੋਲਾਂਗਾ ਕਿ ਇਹਨਾਂ ਲੋਕਾਂ ਨੇ ਮੈਨੂੰ ਵੋਟ ਅਤੇ ਸਪੋਰਟ ਦਿੱਤੀ ਆ, ਹੁਣ ਮੈਂ ਇਹਨਾਂ ਦੇ ਹੱਕਾਂ ਲਈ ਲੜਨਾ। ਇਹ ਨਹੀਂ ਬਾਰਡਰ 'ਤੇ ਬਹਿਣਗੇ, ਮੈਂ ਮੈਨੂੰ ਵੀ ਜੇ ਨਾ ਮੰਨੀਆਂ ਮੰਗਾਂ ਫਿਰ ਬੈਠਣ ਦੀ ਨੌਬਤ ਆਈ, ਮੈਂ ਨਾਲ ਬੈਠਾਂਗਾ। ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰੂੰਗਾ? ਕਿਸਾਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ, ਕੋਈ ਦੁਸ਼ਮਣ ਹੈ ਆਪਣੇ ਭੈਣ ਭਾਈ ਹੈ, ਜ਼ਰੂਰ ਕਰਾਂਗੇ। ਕੀ ਲੱਗਦਾ ਕਿ ਤੁਹਾਡੀ ਗੱਲ ਮੰਨਣਗੇ, ਤੁਹਾਨੂੰ ਵੋਟ ਦੇਣਗੇ? ਕਿਉਂਕਿ ਬਹੁਤ ਖਫਾ ਨੇ ਪਿਛਲੇ ਅੰਦੋਲਨ 'ਤੇ ਵੀ, ਇਸ ਵਾਰ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਜੇ ਵੀ ਜਿਹੜੇ ਪੰਜਾਬ ਦੀਆਂ ਬਰੂਹਾਂ ਦੇ ਉੱਪਰ ਡਟੇ ਹੋਏ ਨੇ। ਉਹ ਜਿੰਨੇ ਖਫਾ ਉਨੇ ਪਿਆਰੇ ਆ ਯਾਰ। ਜਿਹੜਾ ਕਹਿੰਦੇ ਨਾ, ਆਵੇ ਚੱਲ ਕੇ ਦਰ ਉੱਤੇ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜੇ ਗੁੱਸੇ 'ਚ, ਬਸ ਖਫਾ ਖਫਾ ਉਹ ਸਾਰੇ ਠੀਕ ਹੋ ਜਾਣੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਯਾਰ ਐਵੇਂ ਗਲਤ ਫਹਿਮੀਆਂ ਸੀ ਔਰ ਜੋ ਅਸੀਂ ਕਹਿੰਦੇ ਉਹ ਮੰਨ ਲਿਆ ਗਿਆ, ਜਦੋਂ ਮੰਨ ਲਿਆ ਗਿਆ ਠੀਕ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ। ਬੀਜੇਪੀ ਅਕਾਲੀ ਦਲ ਦੇ ਗਠਬੰਧਨ ਦੀ ਗੱਲ ਕਰ ਲਈਏ, ਕੀ ਲੱਗਦਾ ਨਹੀਂ ਹੋਇਆ ਵੀ ਉਸ ਦੇ ਨਾਲ ਕਾਫੀ ਚੁਣੌਤੀਆਂ ਵਧਣਗੀਆਂ? ਨਹੀਂ, ਕੋਈ ਚੁਣੌਤੀ ਨਹੀਂ ਵਧੀ। ਬੀਜੇਪੀ ਨੂੰ ਲੜਨਾ ਆਉਂਦਾ, ਕਦੋਂ ਕਿੰਨੇ ਜਿੱਤਣੇ ਵੀ ਆਉਂਦਾ, ਕੋਈ ਰੌਲਾ ਹੀ ਨਹੀਂ। ਹੋਕ ਐਂਡ ਕਰੋਕ ਨਹੀਂ, ਉਹ ਮਿਹਨਤ ਕਰਦੇ ਆ, ਉਹ ਲੱਗੇ ਹੋਏ ਆ ਆਪਣਾ ਕੰਮ ਕਰਨ। ਸੰਗਠਨਾਤਮਿਕ ਪਾਰਟੀ ਆ, ਸੰਗਠਨ ਆਪਣਾ ਕੰਮ ਕਰੀ ਜਾ ਰਿਹਾ। ਪਹਿਲਾਂ ਜਗ੍ਹਾ ਜਗ੍ਹਾ ਉਹਨਾਂ ਨੇ ਆਪਣਾ ਬੀਜ ਬੀਜਿਆ ਹੋਇਆ ਅਤੇ ਉਹਦਾ ਫਲ ਉਹ ਕੱਟਣਗੇ। ਗਠਬੰਧਨ ਕਰਨ ਦੇ ਲਈ ਕਹਿੰਦੇ ਹੰਸਰਾਜ ਹੰਸ ਦਾ ਪੂਰਾ ਜ਼ੋਰ ਲੱਗਿਆ ਸੀ, ਸਾਰਿਆਂ ਦਾ ਜ਼ੋਰ ਲੱਗਾ ਸੀ ਜਿਹੜਾ ਇਹ ਚਾਹੁੰਦਾ ਕਿ ਜੁੜਿਆ ਜਾਵੇ। ਮੈਂ ਸੂਫੀਜ਼ਮ ਨੂੰ ਮੰਨਦਾ ਅਤੇ ਮੈਂ ਜੋੜਨ ਲਈ ਜਨਮ ਹੋਇਆ ਨਾ, ਵਿਛੋੜਨ ਲਈ ਥੋੜ੍ਹੀ ਹੈ। ਅਤੇ ਚੁਗਲਖੋਰ ਵਿਛੋੜਦਾ ਹੁੰਦਾ, ਮੁਹੱਬਤੀ ਬੰਦਾ ਕਹਿੰਦਾ ਹੈ, ਕਹਿੰਦੇ ਜੀਮ ਜੀਂਦਿਆਂ ਨੂੰ ਕਾਹਨੂੰ ਮਾਰਦਾ ਹੈ, ਜੀਮ ਜੀਂਦਿਆਂ ਨੂੰ ਕਾਹਨੂੰ ਮਾਰਦਾ ਹੈ, ਜੇਕਰ ਮੋਇਆਂ ਨੂੰ ਨਹੀਂ ਜਵਾਉਣ ਜੋਗਾ। ਦਾਰਾਏ ਫਕੀਰ ਨੂੰ ਕਿਉਂ ਝਿੜਕਦਾ ਹੈ, ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ। ਮੁਹੰਮਦ ਬੂਟਿਆ ਕਿਉਂ ਬਦੀਆਂ 'ਤੇ ਲੱਕ ਬੱਧਾ, ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ। ਜਿਹੜਾ ਮਿਲਾਉਣ ਜੋਗਾ ਨਹੀਂ, ਵਿਛੋੜਦਾ ਆ, ਉਹ ਗੁਨਾਹਗਾਰ ਆ, ਬੰਦਿਆਂ ਦਾ ਵੀ ਰੱਬ ਦਾ ਵੀ। ਬੀਜੇਪੀ ਅੱਗੇ ਕਾਫੀ ਚੁਣੌਤੀਆਂ ਨੇ, ਇੱਕ ਪਾਸੇ ਕਿਸਾਨ ਹੈ, ਦੂਜੇ ਪਾਸੇ ਇੰਡੀਆ ਦਾ ਗਠਬੰਧਨ ਹੈ, ਜਿਹਦੇ ਵਿੱਚ ਜੇ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਵੀ ਉਸ ਦੇ ਵਿੱਚ ਸ਼ਾਮਿਲ ਹੈ। ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਜਾਂ ਚੁਣੌਤੀਆਂ ਬਣਨਗੀਆਂ? ਤਕਰੀਬਨ ਸਭ ਤੋਂ ਜ਼ਿਆਦਾ ਰਾਜ ਉਹਨਾਂ ਪਾਰਟੀਆਂ ਨੇ ਕੀਤਾ ਜਿਹਨਾਂ ਨੇ ਗਠਬੰਧਨ ਕੀਤਾ, ਉਹਨਾਂ ਨੇ ਕੱਖ ਨਹੀਂ ਕੀਤਾ। ਇਸ ਕਰਕੇ ਗਠਬੰਧਨ ਸਾਰੇ ਰਲੇ ਹੋਏ ਆ, ਕੋਈ ਨਾ ਗੱਠ ਆ ਨਾ ਬੰਧਨ ਹੈ ਉਹਨਾਂ। ਐਵੇਂ ਮੋਦੀ ਨਾਲ ਜੈਲਸੀ ਕਰਦੇ ਆ, ਇੱਕੋ ਬੰਦਾ ਬੱਬਰ ਸ਼ੇਰ ਛਾਇਆ ਹੋਇਆ ਪੂਰੀ ਦੁਨੀਆ 'ਚ, ਛਾਇਆ ਇੱਥੇ ਇਕੱਲਾ ਹੀ ਨਹੀਂ, ਲੇਕਿਨ ਪੰਜਾਬੀਆਂ ਨਾਲ ਅਤੇ ਸਿੱਖਾਂ ਨਾਲ ਉਹ ਬਹੁਤ ਪਿਆਰ ਕਰਦੇ ਆ। ਦੇਖੋ ਕਰਤਾਰਪੁਰ ਵਾਲਾ ਜਿਹੜਾ ਕੰਮ ਕਰਾਇਆ, ਕੋਰੀਡੋਰ ਵਾਲਾ, ਲੋਕ ਦੂਰਬੀਨ ਨਾਲ, ਤਿੰਨ ਵਾਲੀ ਤਾਂ ਮੈਂ ਅਰਦਾਸ ਕੀਤੀ ਆ, ਕੀਰਤਨ ਕੀਤਾ ਇੱਧਰ ਡੇਰਾ ਬਾਬਾ ਨਾਨਕ ਕਿ ਰਸਤਾ ਖੁੱਲ ਜਾ, ਤਿੰਨ ਵਾਰੀ ਗਿਆ ਮੈਂ, ਰਿਕਾਰਡ ਚੈੱਕ ਕਰੋ। ਮੈਂ ਕੀਰਤਨ ਵੀ ਕਰਦਾ ਸੀ, ਅਰਦਾਸ ਵੀ ਕਰਦਾ ਸੀ। ਸਵਰਗਵਾਸੀ ਵਡਾਲਾ ਸਾਹਿਬ ਮੈਨੂੰ ਲੈ ਕੇ ਜਾਂਦੇ ਸੀ, ਸਰਦਾਰ ਕੁਲਦੀਪ ਸਿੰਘ ਵਡਾਲਾ। ਹੁਣ ਜੇ ਰਸਤਾ ਖੁੱਲ ਗਿਆ ਤਾਂ ਮੋਦੀ ਸਾਹਿਬ ਕਰਕੇ ਖੁੱਲ੍ਹਿਆ, ਲੋਕ ਦਰਸ਼ਨ ਕਰਦੇ, ਸ਼ਾਮ ਨੂੰ ਘਰ ਆ ਜਾਂਦੇ ਆ, ਕਿੱਡੀ ਵੱਡੀ ਗੱਲ ਹੈ ਕਿ ਭਲਾ ਹੋਵੇ ਉਹਨਾਂ ਦਾ। ਫਿਰ ਉਹ ਦੇਖੋ ਲਾਲ ਕਿਲ੍ਹੇ ਤੋਂ ਜਿੱਥੇ ਜ਼ਾਲਮਾਨਾ ਹੁਕਮ ਹੋਏ ਸੀ ਸਾਡੇ ਸਤਿਗੁਰਾਂ ਦਾ ਸੀਸ ਕਲਮ ਕਰਨ ਦਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਉਸੀ ਜਗ੍ਹਾ ਤੋਂ ਗੁਰਪੁਰਬ ਮਨਾਏ ਜਾਂਦੇ ਆ, ਕਿੱਡੀ ਵੱਡੀ ਗੱਲ ਹੈ। ਛੋਟੇ ਸਾਹਿਬਜ਼ਾਦਿਆਂ ਦਾ ਵੀਰ ਦਿਵਸ ਮਨਾਇਆ ਜਾਂਦਾ, ਉਹ ਤਾਂ ਬਹੁਤ ਪਿਆਰ ਕਰਦੇ ਆ ਪੰਜਾਬੀਆਂ ਨੂੰ, ਖਾਸ ਤੌਰ 'ਤੇ ਸਿੱਖਾਂ ਨੂੰ।
ਕਮਲਜੀਤ ਅਨਮੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੇ ਓਪੋਜੀਸ਼ਨ ਹੈ, ਉਹ ਆਮ ਆਦਮੀ ਪਾਰਟੀ ਤੋਂ ਤੁਹਾਡੇ ਅਗੇਂਸਟ ਚੋਣ ਲੜਨ? ਇੱਦਾਂ ਹੀ ਆ, ਜਿੱਦਾਂ ਕੋਈ ਗੇਮ ਹੈਗੀ ਚੱਲਦੀ ਤੇ ਉਹਦੇ ਵਿੱਚ ਓਨੈਸਟਲੀ ਉਹਨੇ ਆਪਣੀ ਟੀਮ ਦੀ ਗੱਲ ਰੱਖਣੀ ਹੈ, ਮੈਂ ਆਪਣੀ ਦੀ ਹੈ। ਇੱਕ ਸਟੋਪਰ ਬਣ ਜਾਂਦਾ, ਇੱਕ ਰੇਡਰ ਬਣ ਜਾਂਦਾ, ਕਦੀ ਉਹ ਰੇਡਰ ਬਣ ਜਾਂਦਾ, ਕਦੀ ਉਹ ਸਟੋਪਰ ਬਣ ਜਾਂਦਾ। ਹਾਕੀ ਵਿੱਚ ਵੀ ਇਸ ਤਰ੍ਹਾਂ ਆ, ਕੌਡੀ 'ਚ, ਘੋਲਣ ਵਿੱਚ। ਅਸੀਂ ਆਪਸ ਵਿੱਚ ਪਿਆਰ ਰੱਖਾਂਗੇ, ਲੇਕਿਨ ਜ਼ੋਰ ਪੂਰਾ ਲਾਵਾਂਗੇ, ਆਪੋ ਆਪਣੀ ਪਾਰਟੀ ਲਈ ਵਫਾਦਾਰੀ ਸਾਬਤ ਕਰਾਂਗੇ। ਉਹ ਵੀ ਕਰਨ, ਮੈਂ ਵੀ ਕਰਾਂ, ਮੇਰੇ ਲਈ ਉਹ ਵੀ ਪਿਆਰ ਦੀ ਜਗ੍ਹਾ, ਉਹਨਾਂ ਦੀ ਪਾਰਟੀ ਦਾ ਵੀ। ਕੋਈ ਮੈਨੂੰ ਸਿਰਫ ਇੰਨਾ ਕੁ ਕਹਿਣਾ ਕਿ ਜੇ ਦੇਖ ਲਿਆ ਰੱਜ ਗਏ ਆ ਤਾਂ ਹੁਣ ਬੀਜੇਪੀ ਨੂੰ ਮੌਕਾ ਦੇ। ਬਿਲਕੁਲ, ਅਨਮੋਲ ਦਾ ਕਹਿਣਾ ਵੀ ਇਕੱਠੇ ਹੋ ਕੇ ਚਾਹ ਪੀਣ ਦਾ ਵੀ ਮੌਕਾ ਮਿਲੇਗਾ ਉੱਥੇ? ਬਸ ਸ਼ਿੱਦਤ ਨਾਲ ਵੇਟ ਕਰ ਰਹੇ ਹਾਂ ਕਦੋਂ ਅਸੀਂ ਇਕੱਠੇ ਹੋਈਏ, ਜਿੱਦਾਂ ਮੇਲਾ ਦੇਖਦੇ ਦੇਖਦੇ ਅਤੇ ਕਿਤੇ ਇਕੱਠੇ ਹੋ ਜਾਈਏ ਅਤੇ ਇਕੱਠੇ ਹੀ ਫਿਰ ਉੱਥੇ ਚਾਹਵਾਂ ਛਾਵਾਂ ਪੀਏ। ਅਤੇ ਲੇਕਿਨ ਵਿਚਾਰ ਆਪਣੇ ਆਪਣੇ ਰੱਖੀਏ, ਵਿਚਾਰ ਮੈਂ ਆਪਣੀ ਪਾਰਟੀ ਦੀ ਪੋਲਿਸੀ ਨੂੰ ਮੱਦੇਨਜ਼ਰ ਰੱਖਾਂ, ਉਹ ਆਪਣੀ ਪਾਰਟੀ ਦੀ ਗੱਲ ਆਪਣੀ ਆਪਣੀ ਕਰੋ, ਲੇਕਿਨ ਨਫ਼ਰਤ ਨਾ ਹੋਵੇ। ਲਾਸਟ ਦੇ ਵਿੱਚ ਫਰੀਦਕੋਟ ਦੇ ਲੋਕਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ? ਫਰੀਦਕੋਟ ਦੇ ਲੋਕਾਂ ਲਈ ਇਹੀ ਹੈ ਕਿ ਮੈਨੂੰ ਇਹ ਨਾ ਹੋਵੇ ਡੇਢ ਦੋ ਮਹੀਨੇ ਹੀ ਰੱਖੋ, ਸਦਾ ਲਈ ਰੱਖ ਲਓ। ਮੈਂ ਤੁਹਾਡੇ ਕੰਮ ਆਊਂਗਾ, ਮੈਂ ਕੰਮ ਦਾ ਬੰਦਾ, ਚੰਗਾ ਹਾਂ ਜਾਂ ਮੰਦਾ ਹਾਂ ਫਿਰ ਵੀ ਤੁਹਾਡਾ ਬੰਦਾ ਹੈ, ਫਿਰ ਮੈਨੂੰ ਉੱਥੇ ਭੇਜ ਦਿਓਗੇ, ਫਾਇਦਾ ਕੀ ਹੈ? ਇੱਥੇ ਰੱਖੋਗੇ ਤਾਂ ਮੈਂ ਤੁਹਾਡੀ ਗੱਲ ਜ਼ਰੂਰਤ ਨਾ ਕਰਾਂਗਾ, ਮੈਂ ਮੇਰਾ ਗਾਉਂਦਾ ਹੀ ਨਹੀਂ। ਜਿੱਦਣ ਦਾ ਸਿਆਸਤ 'ਚ ਆਇਆ, ਮੈਂ ਹੁਣ ਪ੍ਰੋਗਰਾਮ ਨਹੀਂ ਕਰਦਾ ਕਮਰਸ਼ਲੀ, ਨਿਸ਼ਕਾਮ ਸੇਵਾ ਕਰਦਾ। ਮੁਫ਼ਤ 'ਚ ਮੈਨੂੰ ਕੋਈ ਬੁਲਾ ਦੇਵੇ ਤਾਂ ਗਾ ਦੇਣਾ, ਅਦਰਵਾਈਜ਼ ਨਹੀਂ। ਉਹ ਵੀ ਕੀਰਤਨ ਜਾਂ ਸੂਫੀ, ਵਿਆਹਾਂ ਵਿਹਾਂ 'ਤੇ ਵੀ ਗਾ ਦੇਈਦਾ, ਲੇਕਿਨ ਕਮਰਸ਼ਲੀ ਕੰਮ ਛੱਡਤਾ ਸੀ। ਇਸੇ ਤਰ੍ਹਾਂ ਜਿੱਦਾਂ ਸਾਰਾ ਕੁਝ ਛੱਡ ਕੇ ਦਿੱਲੀ ਡੇਰੇ ਲਾ ਲਏ ਸੀ, ਇਸੇ ਤਰ੍ਹਾਂ ਮੈਂ ਫਰੀਦਕੋਟ ਸਲਕੇ 'ਚ ਰਵਾਂਗਾ। ਮੇਰੇ 'ਤੇ ਯਕੀਨ ਕਰੋ, ਮੈਨੂੰ ਵਿਸ਼ਵਾਸ, ਇੱਕ ਚਾਂਸ ਦੇ। ਇੱਕ ਹੰਸਰਾਜ ਦੀ ਗੱਲ ਬੜੀ ਮਸ਼ਹੂਰ ਹੈ, ਕਹਿੰਦੇ ਵੀ ਜਿੱਧਰ ਦੇ ਜਾਂਦੇ ਹੈ ਪੂਰੇ ਤਨ ਮਨ ਨਾਲ ਉੱਥੇ ਸਾਥ ਦਿੰਦੇ, ਚਾਹੇ ਦਿੱਲੀ ਗਏ ਨੇ ਉੱਥੇ ਵੀ 5 ਸਾਲ ਪੂਰੇ ਉਸੇ ਤਰ੍ਹਾਂ ਕੰਮ ਕਰਦੇ ਰਹੇ ਨੇ, ਤਾਂ ਹੁਣ ਫਰੀਦਕੋਟ ਵੀ ਇਸੇ ਤਰ੍ਹਾਂ ਹੀ? ਮੈਂ ਕਿਹਾ ਜੀ, ਤਰਸ ਗਏ ਸੀ ਆ ਘਰ ਦੀਵਾਰਾਂ, ਕਿਤੇ ਸਾਲਾਂ ਬੱਧੀ ਮੇਰੇ ਕੋਲ ਨਹੀਂ ਸਿਆ ਹੁੰਦਾ, ਕਿਤੇ ਕਿਤੇ ਕੋਈ ਐਮਰਜੈਂਸੀ ਹੋ ਗਈ ਜਾਂ ਖੁਸ਼ੀ ਦਾ ਮੌਕਾ, ਮੈਂ ਪੰਜਾਬ ਆਉਂਦਾ ਸੀ, ਨਹੀਂ ਤਾਂ ਉੱਥੇ ਹੀ ਟਿਕ ਗਿਆ ਸੀ ਦਿੱਲੀ। ਇਸੇ ਤਰ੍ਹਾਂ ਆਦਤਾਂ ਬੰਦੇ ਦੀਆਂ ਨਹੀਂ ਜਾਂਦੀਆਂ, ਫਰੀਦਕੋਟ ਰਹਿਣਾ ਸ਼ੁਰੂ ਕਰ ਦੂੰਗਾ, ਹਰ ਬੰਦੇ ਤੱਕ ਅਵੇਲੇਬਲ ਰਹਾਂਗਾ, ਆਪਣਾ ਫੋਨ ਮੈਂ ਆਪ ਹੀ ਚੁੱਕਦਾ। ਕਈ ਵਾਰੀ ਇੰਟਰਵਿਊ 'ਚ ਕਹਿ ਦਿੱਤਾ, ਹੁਣ ਨਹੀਂ, ਜਦੋਂ ਗਾਉਂਦਾ ਸੀ, ਜਦੋਂ ਦੇ ਮੋਬਾਈਲ ਚੱਲੇ ਇੱਕੋ ਹੀ ਨੰਬਰ ਆ ਮੇਰਾ, ਲੋਕ ਤਾਂ ਹਰ ਚੌਥੇ ਦਿਨ ਬਦਲ ਦਿੰਦੇ ਨੰਬਰ, ਇੱਕੋ ਹੀ ਮੋਬਾਈਲ ਆ, ਇੱਕੋ ਹੀ ਨੰਬਰ ਆ, ਜਦੋਂ ਦੇ ਚੱਲੇ ਆ ਖੁਦ ਚੱਕਦਾ। ਇਹ ਨਹੀਂ ਕਿ ਮੈਂ ਅਫੋਰਡ ਨਹੀਂ ਕਰਦਾ, ਗੌਰਮੈਂਟ ਨੇ ਵੀ ਦਿੱਤੇ ਹੋਏ ਪੀਏ, ਮੈਂ ਨਹੀਂ ਚਾਹੁੰਦਾ ਮੇਰੇ ਔਰ ਮੇਰੇ ਲੋਕਾਂ ਦੇ ਵਿੱਚ ਕੋਈ ਐਸਾ ਸ਼ਖਸ ਆਵੇ ਜਿਹਨੂੰ ਪਤਾ ਨਾ ਹੋਵੇ ਕਿ ਮੈਂ ਆਪਣੇ ਲੋਕਾਂ ਨੂੰ ਕਿੰਨੀ ਕੁ ਮੁਹੱਬਤ ਕਰਦਾ। ਜੀ ਬਿਲਕੁਲ, ਧੰਨਵਾਦ ਜੀ। ਬਿਲਕੁਲ, ਜਿਸ ਤਰ੍ਹਾਂ ਕਿ ਹੰਸਰਾਜ ਹੰਸ ਜੀ ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਨੇ ਇੱਕ ਸੁਨੇਹਾ ਵੀ ਦਿੱਤਾ ਫਰੀਦਕੋਟ ਦੇ ਲੋਕਾਂ ਨੂੰ, ਚੰਗਾ ਹਾਂ ਜਾਂ ਮੰਦਾ ਹਾਂ ਪਰ ਤੁਹਾਡਾ ਬੰਦਾ ਵਾ, ਡੇਢ ਦੋ ਮਹੀਨੇ ਲਈ ਨਹੀਂ ਹਮੇਸ਼ਾ ਲਈ ਆਪਣੇ ਨਾਲ ਰੱਖੋ, ਇਸ ਦਾ ਇਸ ਵੀ ਸੁਨੇਹਾ ਦਿੱਤਾ ਹੈ। ਕੈਮਰਾਮੈਨ ਰੇਸ਼ਵ ਦੇ ਨਾਲ ਮਨਵੀਰ ਸੱਭਰਵਾਲ, ਫੈਕਟ ਨਿਊਜ਼ ਜਲੰਧਰ। ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ, ਗੁਣ ਹੀ ਭਰਿਆ ਮੈਂ ਫਿਰਾਂ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦੁਰਵੇਸ਼, ਲੋਕ ਕਹੇ ਦੁਰਵੇਸ਼, ਨਾਮ ਜਪ ਲੈ ਨਵਾਣੀ ਨਹੀਂ ਜਿੰਦੇ, ਔਖੇ ਵੇਲੇ ਕੰਮ ਆਊਗਾ ਦੇ, ਔਖੇ ਵੇਲੇ ਕੰਮ ਆਊਗਾ। ਫਰੀਦਾ ਜੇ ਤੂੰ ਅਕਲ ਲਤੀਫ ਹੈ ਤੇ ਕਾਲੇ ਲਿਖ ਨਾ ਲੇ, ਆਪਣੜੇ ਘਰ ਜਾਈ ਕੇ ਆਪਣੜੇ ਗਿਰੇ ਬਾਏ ਮੇ,
ਸਿਰ ਨੀਵਾ ਕਰਦੇ ਨਾਮ ਜਪ ਲੈ ਨਵਾਣੀਏ ਨੀ ਜਿੰਦੇ ਔਖੇ ਵੇਲੇ ਕੰਮ ਆਊਗਾ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਜੇ ਸਰ ਇੱਕ ਮਿੰਟ MBS ਕਰ ਲਾਂਗੇ ਹਾਂਜੀ ਕਰੋ MBS ਠੀਕ ਹੈ ਜੀ ਸਰ ਜੀ ਸਟਾਰਟ ਹੈਗੀ ਹਾਂਜੀ ਸਰ ਉਹ ਤਾਂ ਕਰਾ ਲਓ ਕੰਧ ਕੋਈ ਕਰਾ ਲਓ ਯਸ਼ ਕਰ ਦਿਓ ਚਲੋ ਤੁਹਾਨੂੰ ਵੱਡਿਆਂ ਨੂੰ ਸਮਝਾਉਂਦੇ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਖਾਲਸੇ ਬੜੀ ਚੰਗੀ ਗੱਲ ਹੈ ਤੁਸੀਂ ਆਪਣੇ ਮਦਾਣੀਆਂ ਰੋ ਪਈਆਂ ਓਏ ਨਿੱਕੇ ਨਿੱਕੇ ਦੋ ਖਾਲਸੇ ਨਿੱਕੇ ਨਿੱਕੇ ਦੋ ਫਿਰ ਬਹੁਤ ਸਾਰੀਆਂ ਤਸਵੀਰਾਂ ਇੱਦਾਂ ਦੀਆਂ ਆਉਂਦੀਆਂ ਤੁਸੀਂ ਵੀ ਜਿੱਦਣ ਫਰੀਦਕੋਟ ਗਏ ਤਾਂ ਬੜੀਆਂ ਖਬਰਾਂ ਆਈਆਂ ਵੀ ਹਲਸਾ ਜੋੜਾਂ ਦਾ ਪਹਿਲੇ ਦਿਨ ਵਿਰੋਧ ਹੋਇਆ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਵਿਜ਼ੂਅਲ ਦੇਖ ਕੇ ਲੱਗਦਾ ਹੈ ਕਿ ਬਹੁਤ ਵਿਰੋਧ ਹੈ ਘਰ ਵੀ ਆ ਗਿਆ ਔਰ ਪੰਜਾਬੀ ਬੋਲਿਆ ਕਰਾਂਗੇ ਰੂਹ ਨਾਲ ਪੰਜਾਬੀਆਂ ਨੂੰ ਮਿਲਿਆ ਕਰਾਂਗੇ ਲੰਗਰ ਪਾਣੀ ਵੀ ਸਾਡੀ ਪਸੰਦ ਦਾ ਮਿਲੂਗਾ ਤੁਹਾਡੀ ਇੱਛਾ ਸੀਗੀ ਪੰਜਾਬ ਜਾ ਕੇ ਫਿਰ ਇਹਨੂੰ ਕਹਿੰਦੇ ਹਾਂ ਕਿ ਇਹ ਦੇਖਣਾ ਕਿ ਇਹ ਬੰਦਾ ਇੱਥੇ ਕਾਮਯਾਬੀ ਨਾਲ ਪੂਰੇ 5 ਸਾਲ ਕੱਟੇ ਆ ਇਹਦੀ ਪਰਫੋਰਮੈਂਸ ਨੂੰ ਹੋਰ ਕਿੱਦਾਂ ਇਨਕੈਸ਼ ਕਰ ਸਕਦੇ ਆ ਫਿਰ ਪੰਜਾਬ